ਐਫਰਟ ਦੇ ਹਿੱਸੇ ਵਜੋਂ ਦੋ ਨਾਮੀ ਕ੍ਰਿਮੀਨਲ ਜਿਹੜੇ ਬੜੇ ਲੰਬੇ ਸਮੇਂ ਤੋਂ ਅਰੈਸਟ ਵੇਟ ਕਰ ਰਹੇ ਸੀਗੇ, ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੀ ਪੁਲਿਸ ਨੂੰ ਕਾਮਯਾਬੀ ਹਾਸਲ ਹੋਈ ਹੈ ਔਰ ਫਾਜ਼ਿਲਕਾ ਔਰ ਫਰੀਦਕੋਟ ਪੁਲਿਸ ਦੇ ਜੁਆਇੰਟ ਐਫਰਟਸ ਦੇ ਨਾਲ ਇੱਕ ਕ੍ਰਿਮੀਨਲ ਨੀਰਜ ਅਰੋੜਾ ਜਿਹੜਾ ਕਿ ਨੇਚਰ ਹਾਈਟਸ ਇਨਫਰਾ ਦੇ ਪ੍ਰੋਜੈਕਟ ਚਲਾ ਰਿਹਾ ਸੀ ਔਰ ਜਿਸਨੇ ਪਹਿਲਾਂ ਕੋਲੋਨਾਈਜ਼ਰ ਦੇ ਤੌਰ 'ਤੇ ਕੁਛ ਕਲੋਨੀਜ਼ ਡਿਵੈਲਪ ਕੀਤੀਆਂ ਸੀਗੀਆਂ ਔਰ ਬਾਅਦ ਦੇ ਵਿੱਚ ਲਾਰਜ ਸਕੇਲ 'ਤੇ ਇਨਵੈਸਟਰਸ ਨੂੰ ਡਿਊਪ ਕੀਤਾ ਸੀਗਾ ਔਰ ਬਾਅਦ ਦੇ ਵਿੱਚ ਭਗੌੜਾ ਹੋ ਗਿਆ ਸੀਗਾ, ਉਸ ਨੂੰ ਵੀ ਅਰੈਸਟ ਕੀਤਾ ਹੈ। ਇਹ ਜੋ ਨੀਰਜ ਅਰੋੜਾ ਹੈ ਇਸ ਦੇ ਖਿਲਾਫ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ 108 ਦੇ ਕਰੀਬ ਮੁਕੱਦਮੇ ਰਜਿਸਟਰ ਕੀਤੇ ਗਏ ਹਨ ਔਰ ਕਾਫੀ ਲੰਬੇ ਸਮੇਂ ਤੋਂ ਵੱਖ ਵੱਖ ਜ਼ਿਲ੍ਹਿਆਂ ਦੀ ਪੁਲਿਸ ਇਸ ਨੂੰ ਚੇਜ਼ ਕਰ ਰਹੀ ਸੀਗੀ ਲੇਕਿਨ ਇਹ ਲਗਾਤਾਰ ਅਰੈਸਟ ਅਵੇਟ ਕਰ ਰਿਹਾ ਸੀਗਾ। ਪਿਛਲੇ ਦਿਨੀ ਫਰੀਦਕੋਟ ਔਰ ਫਾਜ਼ਿਲਕਾ ਪੁਲਿਸ ਦੀ ਜੁਆਇੰਟ ਪਾਰਟੀ ਨੇ ਇਸ ਨੂੰ ਉੱਤਰਾਖੰਡ ਤੋਂ ਅਰੈਸਟ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਹ ਬੜੀ ਵੱਡੀ ਕੈਚ ਹੈ ਕਿਉਂਕਿ ਇਹ ਇੱਕ ਬਹੁਤ ਲਾਰਜ ਸਕੇਲ ਪ੍ਰੋਪਰਟੀ ਕ੍ਰਿਮੀਨਲ ਸੀਗਾ ਜਿਸਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਲੋਕਾਂ ਦੇ ਨਾਲ ਠੱਗੀਆਂ ਮਾਰੀਆਂ ਔਰ ਪੈਸੇ ਜਿਹੜੇ ਸੀ ਡਿਊਪ ਕੀਤੇ ਸੀਗੇ। ਇਸ ਦੀ ਕਾਮਯਾਬੀ ਦੇ ਨਾਲ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਹਾਰਡ ਅਰਨਡ ਮਨੀ ਇਸ ਨੇ ਠੱਗੀ ਮਾਰੀ ਸੀ ਜਿਸ ਦੀ ਉਸ ਨੂੰ ਲੋਕਾਂ ਤੱਕ ਵਾਪਸ ਪਹੁੰਚਾਉਣ ਦਾ ਵੀ ਰਾਹ ਖੁੱਲ੍ਹ ਗਿਆ ਹੈ ਔਰ ਅਸੀਂ ਤਫਤੀਸ਼ ਦੇ ਦੌਰਾਨ ਇਸ ਦੀਆਂ ਸਾਰੀਆਂ ਪ੍ਰੋਪਰਟੀਜ਼ ਜੋ ਵੀ ਕੁਛ ਇਹਦਾ ਹੈ ਉਸ ਨੂੰ ਅਵੈਲੂਏਟ ਕਰਾ ਕੇ ਸਾਡੀ ਕੋਸ਼ਿਸ਼ ਹੋਏਗੀ ਕਿ ਅਲਟੀਮੇਟਲੀ ਜੋ ਜੋ ਲੋਕਾਂ ਦਾ ਪੈਸਾ ਇਸ ਨੇ ਠੱਗਿਆ ਹੈ ਉਹ ਲੋਕਾਂ ਤੱਕ ਥਰੂ ਪ੍ਰੋਪਰ ਪ੍ਰੋਸੈਸ ਫੋਲੋ ਕਰਕੇ ਵਾਪਸ ਕਰਵਾਇਆ ਜਾਵੇ। ਪ੍ਰੋਸੈਸ ਚੱਲ ਰਿਹਾ, ਸ਼ੁਰੂ ਹੋਇਆ, ਪ੍ਰੋਸੈਸ ਕਰਾਂਗੇ। ਨਹੀਂ, ਜਿਨ੍ਹਾਂ ਨੂੰ ਤੁਸੀਂ ਨੀਰਜ ਨੂੰ ਜਿਹਨੂੰ ਤੁਸੀਂ ਫੜਿਆ ਉਹਨਾਂ ਤੋਂ ਕੁਛ ਰਿਕਵਰ ਹੋਇਆ, ਉਹ ਕਿਹਦੇ 'ਤੇ ਸੀਗਾ, ਕਿਵੇਂ ਸੀਗਾ, ਉਹਨਾਂ ਤੋਂ ਕੁਛ ਸਮਾਨ ਹੋਰ ਮਿਲਿਆ? ਫਿਲਹਾਲ ਜਿਹੜੀ ਹੈਗੀ ਹੈ ਇਹ ਜਿਹੜੀਆਂ ਡਿਟੇਲਸ ਹੈਗੀਆਂ ਨੇ ਉਸ ਸਟੇਜ 'ਤੇ ਅਸੀਂ ਨਹੀਂ ਆਏ ਕਿ ਡਾਈਵਰਜ ਕਰ ਸਕੀਏ। ਜੋ ਪ੍ਰੋਸੈਸ ਹੈ ਫੋਲੋ ਹੋ ਰਿਹਾ ਆ, ਕੁਛ ਇੱਕ ਇੰਪੋਰਟੈਂਟ ਡੀਡਸ ਹੈਗੀਆਂ ਨੇ ਔਰ ਸਾਨੂੰ ਪੂਰੀ ਉਮੀਦ ਨਹੀਂ, ਵਿਸ਼ਵਾਸ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਹੱਦ ਤੱਕ ਇਸ ਐਫਰਟ ਦੇ ਵਿੱਚ ਕਾਮਯਾਬ ਰਹਾਂਗੇ। ਕੁਝ ਇਹ ਪਤਾ ਲੱਗੀ ਹੈ ਕਿੰਨੀ ਠੱਗੀ ਮਾਰੀ ਇਹਨਾਂ ਨੇ, ਕੋਈ ਫਿਗਰ ਹੈ? ਇੱਕ ਠੱਗੀ ਦਾ ਕੁਐਂਟਮ ਜਿਹੜਾ ਹੈਗਾ ਹੁਣ ਐਗਜੈਕਟ ਫਿਗਰ ਦੇ ਵਿੱਚ ਅਜੇ ਨਹੀਂ ਬਣਿਆ ਜਾ ਸਕਦਾ ਕਿਉਂਕਿ ਵੱਖ ਵੱਖ ਲੋਕਾਂ ਵੱਲੋਂ ਵੱਖ ਵੱਖ ਅਮਾਊਂਟਸ ਲਿਖਾਏ ਗਏ ਸੀਗੇ, ਉਹ ਵੱਧ ਵੀ ਹੋ ਸਕਦੇ ਘੱਟ ਵੀ ਹੋ ਸਕਦੇ, ਇਸ ਕਰਕੇ ਅਜੇ ਡੈਫੀਨੇਟਿਵ ਟਰਮਸ ਦੇ ਵਿੱਚ ਇਸ ਨੂੰ ਕੁਆਂਟੀਫਾਈ ਕਰਨਾ ਠੀਕ ਨਹੀਂ। ਨੰਬਰ ਆਫ ਕੇਸਿਸ ਕੈਨ ਬੀ ਹੰਡਰਡਸ ਆਫ ਕਰੋੜਸ ਆਫ ਰੁਪੀਸ ਸਰ, ਇਟ ਕੈਨ ਰਨ ਇਨਟੂ ਵੈਰੀ ਹਿਊਜ ਅਮਾਊਂਟਸ ਆਫ ਮਨੀ, ਹੰਡਰਡਸ ਆਫ ਕਰੋੜਸ ਆਫ। ਨੰਬਰ ਆਫ ਕੇਸਿਸ ਸਰ? ਨੰਬਰ ਆਫ ਕੇਸਿਸ ਤੇ 107 ਕੇਸਿਸ ਸਿਰਫ ਅਮਨ ਅਰੋੜਾ ਤੇ ਨੇ ਜੀ, ਨੀਰਜ ਅਰੋੜਾ।